ਇਧਰਲੇ ਪਾਸੇ ਜੇ ਪ੍ਰੋਟੀਨ ਪੀ ਜਾਂਦਾ ਤਾਂ ਕੀ ਧਰਤੀ ਸੀ ਸਿੱਧੀ ਛੱਡਤੀ ਸੀ ਸੋਟੀ। ਹਾਂਜੀ ਬਾਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਦਿਨ ਅੱਜ ਹੈਗਾ ਮੰਗਲਵਾਰ ਤੇ ਟਾਈਮ ਹੋ ਗਿਆ ਹੁਣ 7 ਦਾ ਤੇ ਹਜੇ ਤੱਕ ਮਿਸਤਰੀ ਆਇਆ ਨਹੀਂ ਮੈਨੂੰ ਡਿੱਕੀ ਜਾਣਾਗਾ ਬਾਕੀ ਤੁਹਾਨੂੰ ਪਤਾ ਹੀ ਲੱਗ ਗਿਆ ਉਹਨਾਂ ਨੇ ਮੇਰੇ ਕੱਪੜੇ ਕੁਪੜੇ ਗਿੱਲੇ ਪਏ ਆ ਤੇ ਮੈਂ ਸਵੇਰ ਉੱਠ ਕੇ ਤੇ ਆ ਜਿਹੜੇ ਦੋਨੇ ਕੋਲਿਆਂ ਦੇ ਪਾਣੀ ਪੂਣੀ ਲਾਤਾ ਯਾਨੀ ਕਿ ਜਿੰਨਾ ਕੰਮ ਸੀਗਾ ਰੈਡੀ ਕਰਤਾ ਉਧਰਲੇ ਪਾਸੇ ਸਿਮੈਂਟ ਵੀ ਰਲਾ ਕੇ ਰੱਖਤਾ ਤੇ ਹੁਣ ਚੱਲਦੇ ਆ ਮਿਸਤਰੀ ਦੇ ਘਰੇ ਤੇ ਉਹਨੂੰ ਘਰੇ ਜਾ ਕੇ ਲੈ ਕੇ ਆਉਣੇ ਆ ਹਨਾ। ਇਹ ਕਿੱਥੇ ਆਉਂਦੇ ਆ ਛੋਟੀਆਂ ਕਰੰਡੀਆਂ ਵਾਲੇ ਐਡੀ ਛੇਦੀ ਕਿੱਥੇ ਮੰਨਦੇ ਆ ਤੇ ਚੱਕਦੇ ਆ ਮੋਟਰਸਾਈਕਲ ਚੱਲਦੇ ਆਉਂਦੇ ਘਰ ਕਰੋ ਆਪਣਾ ਬਲੌਗ ਇੰਜੋਏ ਐਂਡ ਤੱਕ। ਮੁੰਡੇ ਆਂਦੇ ਫੁੱਟਬਾਲ ਦੇ ਖਿਡਾਰੀ ਆ ਮੁੰਡੇ ਕਹਿੰਦੇ ਟਿੱਬਿਆਂ ਤੇ ਖੇਡਦੇ ਅੱਜ ਕੱਲ ਟਿੱਬਿਆਂ ਤੇ ਅੱਜ ਤਾਂ ਮਾਮਾ ਸੋਰੀ ਜਾਂਦਾ ਸੋਰੀ ਅੱਜ ਤਾਂ ਸੋਰੀ ਚੱਲਿਆ ਲੈ ਬਾਬੇ ਹੋ ਦਾ ਤੁਰਿਆ ਮਿਸਤਰੀ ਪੱਥਰ ਬਣ ਗਿਆ ਜਮਾ ਪੱਥਰ ਬਣ ਗਿਆ ਮਿਸਤਰੀ ਸਾਹਿਬ। ਹੁਣ ਮੈਨੂੰ ਐ ਦੱਸ ਵੀ ਪਹਿਲਾਂ ਚਾਹ ਪੀਏਗਾ ਕਾਫੀ ਪੀਏਗਾ ਕਾਫੀ ਪੀਏਗਾ ਕਾਫੀ ਪੀਏਗਾ ਕਾਹਦੇ ਨਾਲ ਭੁਜੀਏ ਨਾ ਕਿ ਬਿਸਕੁਟ ਨਾ ਪਿਓ ਤੇ ਦੂਜਾ ਵਾਰ ਵੀ ਆਪਾਂ ਚਾੜਤਾ ਤੇ ਹਜੇ ਆ ਕਿ ਫੈਟ ਹੀ ਕਰਿਆ ਗਾ ਥੱਲੇ ਇੱਟਾਂ ਉੱਟਾਂ ਲਾ ਕੇ ਤੇ ਅਰਲ ਕੇਰਾਂ ਤਾਂ ਲੱਗਦੀ ਕਰਤੀ ਆ ਠੀਕ ਆ ਨਾ ਤੇ ਹੁਣ ਇੱਧਰਲੇ ਪਾਸੇ ਆਪਾਂ ਮਾਰਦੇ ਹਾਂ ਖੱਡੇ ਦੇ ਖੱਡੇ ਮਾਰ ਕੇ ਤੇ ਫਿਰ ਨਟ ਨੁਟ ਕਸਾਂਗੇ ਤੇ ਇੱਧਰਲੇ ਪਾਸੇ ਹਜੇ ਪ੍ਰੋਟੀਨ ਪੀ ਜਾਂਦਾ ਸ਼ੇਕ ਬਣਾ ਕੇ ਦਿੱਤਾ ਕੇਲਿਆਂ ਦਾ ਅੰਦਰ ਚੰਗੀ ਪ੍ਰੋਟੀਨ ਸਿੱਟੀ ਆ ਦੇ ਹੁਣ ਊਰੀ ਵਾਂਗੂ ਘੁੱਗਣਾ ਕਹਿੰਦਾ ਮੈਂ ਊਰੀ ਵਾਂਗੂ ਖੁਰਾਕ ਇੱਧਰ ਵਾਧੂ ਆਹ ਜਿੰਨਾ ਚਿਕ ਇੱਧਰ ਵੇਖ ਇੱਧਰ ਆਹ ਨਾ ਜਿੰਨਾ ਚਿਕ ਫਿਰ ਦੋ ਦੋ ਸਿੰਘਾਂ ਵਾਲੀਆਂ ਝੂਟੀਆਂ ਖੜੀਆਂ ਨਾ ਉਹਨਾਂ ਚ ਇੱਕ ਪ੍ਰੋਟੀਨ ਵਾਧੂ। ਚੱਲ ਮਾਰੀ ਅੱਜ ਤੇਰੀ ਡਿਊਟੀ ਚੰਗਾ ਚੱਲ ਲੋ ਬਾਬੇ ਉਹ ਤੇ ਬਾਰਾਂ ਪਾਸਾਂ ਚੰਗੀ ਤਰ੍ਹਾਂ ਬੰਨਤਾ ਤੇ ਹੁਣ ਮਿਸਤਰੀ ਲੱਗਿਆ ਪਿਆ ਖੱਡੇ ਮਾਰਨ ਹੁਣ ਇੱਕ ਖੱਡਾ ਆਪਾਂ ਥੱਲੇ ਮਾਰਾਂਗੇ ਇੱਕ ਥਾਂ ਮਾਰਾਂਗੇ ਤੇ ਫਿਰ ਇਹਨੂੰ ਸਮੈਂਟ ਸਮੁੱਟ ਨਾਲ ਭਰ ਕੇ ਤੇ ਫਿਰ ਕਰਦੇ ਹਾਂ ਰੈਡੀ ਆਪਾਂ ਕਿਉਂ ਕਰਿਆ ਸਰ ਪ੍ਰੋਟੀਨ ਨੇ ਇੱਥੇ ਰੱਖ ਲਓ ਬਾਬੇ ਉਹ ਤੇ ਆਹ ਤਾਂ ਆਪਾਂ ਖੱਡਾ ਮਾਰ ਕੇ ਆਹ ਤਾਂ ਬੈਰਾ ਵਿੱਚ ਪਾਤਾ ਅਤੇ ਹੁਣ ਆਪਾਂ ਤਾਹਾਂ ਮਾਰਦੇ ਹਾਂ ਉਹ ਮਿਸਤਰੀ ਲਾ ਗਿਆ ਹੁਣ ਉੱਧਰਲੇ ਪਾਸੇ ਨਿਸ਼ਾਨੀ ਅਤੇ ਆਪ ਹੁਣ ਹੱਥ ਪੈਰ ਤੋਂ ਵਾਲੇ ਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਭਿੱਜ ਗਿਆ ਇਹ ਆ ਖਾ ਪੁਰਾਣੀਆਂ ਖੁਰਾਕਾਂ ਖਾਧੀਆਂ ਮੋਹਰਾ ਮਾਰਿਆ ਗਾ ਅਤੇ ਮਿਸਤਰੀ ਤੁਸੀਂ ਚਾਹ ਪਈ ਆ ਹੋ ਇੱਥੇ ਹੁਣ ਠੀਕ ਆ ਅਤੇ ਨਾਲ ਗ੍ਰੀਨ ਟੀ ਪਈ ਆ ਅਤੇ ਨਾਲ ਦੂਜਾ ਸੁੱਕਾ ਮਾਲ ਪਿਆ ਰਹਿੰਦਾ ਸੁੱਕਾ ਮਾਲ ਪਿਆ ਨਾਲ ਉਹ ਖਾ ਲਈ ਚੰਗਾ ਹੋਰ ਸੁੱਕਾ ਮਾਲ ਲਿਆ ਕੇ ਤਾ ਤੈਨੂੰ ਮੈਂ ਨਾਗਣੀ ਨਾਗਣੀ ਖਿੱਚਦੇ ਕੰਮ ਇਹ ਨਾ ਵੇ ਮੰਜੇ 'ਤੇ ਸੌਂ ਜਾਈ ਹੁਣ ਚਾਹ ਪੀ ਕੇ ਤੇ ਮੈਂ ਠਾਈ ਜਾਵਾਂ ਆਹੋ ਤੇਰਾ ਇਹ ਨਹੀਂ ਨਾ ਪਤਾ ਤੂੰ ਸੌਂ ਜਾਏ ਕਿਤੇ ਤੇਰੇ 'ਚ ਮੱਝਾਂ ਪਾਲਗਾ ਤੂੰ ਸੌਂ ਵੀ ਜਾਂਦਾ ਮੰਜੇ 'ਤੇ ਬਾਬੇ ਸੌਂ ਵੀ ਜਾਂਦਾ ਹੈ ਵਾਲਾ ਵਹਿਤੀ ਆ ਮੈਂ ਨਹੀਂ ਪਤਾ 12 ਵਜੇ ਉੱਠੇ ਦੁਪਹਿਰੇ ਉਹ ਬਾਬੇ ਉਹ ਤੇ ਮਿਸਤਰੀ ਪੀ ਕੇ ਚਾਹ 'ਤੇ ਚੜ ਗਿਆ ਹੁਣ ਕਹਿੰਦਾ ਸਿਰ ਕੁੱਟਣਾ ਤਾਂ ਉਹ ਸਿਰ ਅਤੇ ਹੁਣ ਲੱਗਿਆ ਪਿਆ ਅਤੇ ਮੂਹਰਾ ਵੱਡਾ ਹੀ ਗੜਤਾ ਹਾਂ ਦੱਸ ਕੀ ਗੱਲ ਵੈਸੇ ਹੱਕ ਹੱਕ ਹੱਸ ਕੇ ਚੱਕਰ ਨਾ ਚੱਲ ਸਹੀ ਆ ਬਾਬੇ ਉਹ ਤੇ ਤਾਂ ਵਾਲਾ ਤਾਂ ਆਪਾਂ ਨੱਸਤਾ ਤੇ ਮਿਸਤਰੀ ਹੁਣ ਤਾਂ ਵਾਲੇ ਪਾਸੇ ਇੱਟਾਂ ਲਾਈ ਜਾਂਦਾ ਹੈਗਾ ਬੈਠਾ ਦੇਖੀ ਸਰੀਆ ਫੜ ਕੇ ਬੈਠਾ ਕਿਹੜਾ ਕੋਈ ਐਂ ਯਾਰ ਪਤਲਾ ਸਰੀਰ ਆ ਵੰਗ ਕਰਦਾ ਕੋਈ ਢਿੱਡ ਨਹੀਂ ਲੌਂਕਦਾ ਕੋਈ ਆਵਾਜ਼ ਤਾਂ ਨਹੀਂ ਗੁੱਤੀ ਵਾਲੇ ਥਾਂ 'ਚ ਬਹਿ ਜਾਂਦਾ ਕਿਹੜਾ ਤਾਂ ਪਤਾ ਲੱਗਦਾ ਗਾ ਹੋਰ ਛਾਟਵਾਂ ਸਰੀਰ ਆ ਸਿਕਸ ਪੈਕ ਸਾਰੇ ਦਿੰਦੇ ਕਹਿੰਦੇ ਜਵਾਨੀ ਵੇਲੇ ਤਾਂ ਕਹਿੰਦਾ ਮੈਂ ਇਹੋ ਜਿਹੇ ਕੋਲੇ ਉਹੀ ਟੱਪ ਜਾਂਦੇ ਲੋਕਾਂ ਦੇ ਮੈਂ ਕਿਹਾ ਤਾਂ ਹੀ ਤਾਂ ਉਂਗਲਾਂ ਵੜਾਈਆਂ ਤੂੰ ਅਤੇ ਲਓ ਬਾਬੇ ਥੱਲੇ ਵਾਲਾ ਰਹਿ ਗਿਆ ਆਪਣਾ ਹਾਂ ਮੂਹਰਾ ਇਹ ਰੋਟੀ ਪਾਣੀ ਖਾ ਕੇ ਅਤੇ ਫਿਰ ਭਰਦੇ ਹਾਂ ਮੈਂ ਕਿਹਾ ਖਵਾ ਦੇ ਰੋਟੀਆਂ 19:30 ਰੋਟੀਆਂ ਖਾਂਦਾ ਕਿਹੜਾ ਤੋੜਗਾ ਖਾਂਦਾ ਬਾਲੇ ਗੀੜੇ ਲਾਉਂਦਾ ਸਾਡੇ ਅੱਛੇ ਨਾ ਨਾਲ ਅੰਬ ਦਾ ਚਾਰ ਭਾਲਦਾ ਲੈ ਨਿਕਦਾ ਲੱਛਣ ਵਾਲੇ ਆ ਨਾ ਇਹਦੇ 'ਚ ਐਂ ਤੰਗ ਵਾਲਾ ਕਰਦਾ ਇਹ ਲਓ ਬਾਬੇ ਉਹ ਤਾਂ ਆਪਾਂ ਰੋਟੀ ਪਾਣੀ ਖਾਣ ਤੋਂ ਬਾਅਦ ਅਤੇ ਹੁਣ ਹੇਠਲਾ ਜਿਹੜਾ ਬੇਰਾ ਉਹ ਵੀ ਲੱਗ ਗਿਆ ਭਰਨ ਮਸਾਲਾ ਮੈਂ ਬਣਾ ਲਿਆ ਸੀਗਾ ਹੈ ਬਾਲਾ ਸਕੀਮੀ ਹੈ ਇਹ ਵੇਖ 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 ਕਿਉਂ ਮੰਨਦੇ ਹੋ ਕਿਹੜੇ ਹਿਸਾਬ ਨਾਲ ਥੱਲੇ ਟੈਲਾਂ ਟੋਲਾਂ ਖੜ੍ਹੇ ਕਰੀ ਬੈਠਾ ਅਤੇ ਅੱਜ ਇਹਦੇ ਮਗਰ ਗਾਹਕ ਵੀ ਕਰਦੇ ਸੀ ਕਹਿੰਦੇ ਖੁਰਨੀ ਬਣਾ ਕੇ ਆ ਸਾਡੀ ਤੂੰ ਇੰਨੀਆਂ ਕਿੰਨੀਆਂ ਕੁ ਖੁਰਨੀਆਂ ਬਣਾਈ ਜਾਂਦਾ ਉਹਨਾਂ ਦੀਆਂ ਸਤਨਾਵਾਂ ਇੰਨੀਆਂ ਕਿੰਨੀਆਂ ਕੁ ਖੁਰਨੀਆਂ ਉਹਨਾਂ ਦੀਆਂ ਤੀਜੇ ਦਿਨ ਹੀ ਖੁਰਨੀ ਬਣਾਉਣ ਜਾ ਵੜਦਾ ਤੂੰ ਉਹਨਾਂ ਦੀ ਲਓ ਬਾਬੇ ਉਹ ਤੇ ਮਿਸਤਰੀ ਨੂੰ ਐਂ ਪੌੜੀ ਚੜ੍ਹ ਕੇ ਇੱਧਰ ਉਤਰਨਾ ਪੈਂਦਾ ਬਾਹਰਲੇ ਪਾਸੇ ਜਾਣਾ ਪੈਂਦਾ ਕਿਉਂਕਿ ਬਾਹਰ ਦੋਨੇ ਬੰਦ ਹੋ ਗਏ
ਤੇ ਮੰਮੀ ਵਰਗੀਆਂ ਵੀ ਐਂ ਡਿੱਕੀ ਤੇ ਮਾਰਿਆ ਵੀ ਇੱਧਰ ਦੀ ਟਪਾਈ ਆ ਸੀ ਤੇ ਹੁਣ ਜਦੋਂ ਮਾਰਿਆ ਨੂੰ ਲੈ ਕੇ ਆਵਾਂਗੇ ਉਦੋਂ ਵੀ ਐਂ ਚਲਾਉਣੀ ਪੈਣੀ ਆ ਕੰਧਾਂ ਟੱਪਣੀਆਂ ਪੈਗੀਆਂ ਇੱਕ ਵਾਰ ਹੋਰ ਹੋਵੇ ਛੋਟਾ ਆਹ ਜਿਵੇਂ ਕੰਧ ਆ ਨਾ ਬਈ ਇਹਦਾ ਗਲੀ ਤੇ ਬਾਹਰ ਚਾਹੀਦਾ ਆਹ ਜਿਹੜੀ ਘੁੱਦੂ ਕੀ ਗਲੀ ਜਾਂਦੀ ਆ ਉਤਰਿਆ ਉਤਰਿਆ ਜਾ ਤੇ ਮਿਸਤਰੀ ਵੀ ਚਲਾ ਗਿਆ ਤੇ ਬਾਹਰ ਆਪਾਂ ਦੋਨੇ ਪਾਸੇ ਉਹ ਰੈਡੀ ਕਰਕੇ ਰੱਖਦੇ ਆ ਤੇ ਨਾਲ ਤੁਹਾਨੂੰ ਆਪਾਂ ਮੱਛੀ ਮੋਟਰ ਚਲਾਉਣੇ ਆ ਨਾਲੇ ਆਪ ਨਹਾਉਣੇ ਆ ਤੇ ਨਾਲੇ ਆ ਗਾਵਾਂ ਦੇਖੋ ਇੱਧਰ ਇੰਨੀ ਗਰਮੀ ਆ ਬਈ ਵੇਖੋ ਕਿਵੇਂ ਹਿਲਦੀਆਂ ਯਾਰ ਹਨਾ ਤੇ ਹੌਂਕੀ ਜਾਂਦੀਆਂ ਗਾਈਆਂ ਨਾਲੇ ਇਹਨਾਂ ਨੂੰ ਯਾਰ ਠੰਡਾ ਪਾਣੀ ਗਾਵਾਂ ਤੇ ਸੁੱਟਦੇ ਆ ਤੇ ਨਾਲੇ ਆ ਸਾਰਾ ਵਿਹੜਾ ਨਾ ਇਹ ਪਾਣੀ ਨਾਲ ਛੜਕ ਦਿੰਦੇ ਆ ਸੋ ਮੈਂ ਗਾਵਾਂ ਦਿਖਾਉਣਾ ਕਿਵੇਂ ਕਰੀ ਜਾਂਦੀਆਂ ਇੰਨੀ ਗਰਮੀ ਪਈ ਜਾਂਦੀ ਹੈ ਉਹ ਦੂਰੋਂ ਸ਼ਾਇਦ ਨਾ ਦਿਸੇ ਹੁਣ ਦੇਖਿਓ ਵੇਖੋ ਕਿਵੇਂ ਹਿਲਦੀਆਂ ਬੜੀ ਗਰਮੀ ਆ ਬਾਬੇ ਯਾਰ ਨਹਾ ਕੇ ਤੇ ਹੁਣ ਪੈਂਦੇ ਆ ਸ਼ਾਮਾਂ ਨੂੰ ਮਿਲਦੇ ਆ ਫਿਰ ਠੀਕ ਆ ਨਾ ਬਾਈ ਪਈ ਜਾਂਦੇ ਆ ਹਾਰ ਫਤਿਹ ਦੀ ਵਜਾਣਾ ਫਿਰ ਲਓ ਬਾਈ ਫਤਿਹ ਦੀ ਵਚੱਲਿਆ ਗਾ ਆਪਦੇ ਪਿੰਡ ਨੂੰ ਫਿਰ ਕਦੋਂ ਆਏਗਾ ਫਤਿਹ ਦੀ ਦਸੰਬਰ ਦੀ ਛੁੱਟੀਆਂ ਜਾਏਗਾ ਉਹ ਦੂਰ ਬਾਹਲੀ ਰਹਿਣਾ ਨਾ ਚੱਕਰੇ ਆ ਹਿਮਾਚਲ ਤੋਂ ਆਉਣਾ ਪੈਂਦਾ ਹਿਮਾਚਲ ਤੋਂ ਆਉਣਾ ਪੈਂਦਾ ਇੱਧਰ ਵੀ ਬਾਬੇ ਟੋਰਾ ਟੂਰਾ ਵੇਖ ਵਾਲ ਵੂਲ ਕਟਾ ਦੇ ਹੁਣ ਮੀਂਹ ਪਊਗਾ ਪਹਿਲਾਂ ਨੀ ਮੀਂਹ ਪੈਂਦਾ ਸੀਗਾ ਡਿਊਟੀ ਨੀ ਹੋਣੀ ਕਹਿੰਦਾ ਵਾਲ ਕਟਾ ਤੇ ਡਿਊਟੀ ਨੀ ਹੋਣੀ ਮੀਂਹ ਭਾਲਦੇ ਕਹਿੰਦਾ ਐ ਗੱਲਾਂ ਵਾਲੀਆਂ ਭੈੜੀਆਂ ਇਹਦੀਆਂ ਚੱਲ ਚੰਗਾ ਬਾਈ ਅੰਗਾ ਵੀ ਫਤਿਹ ਦੀਪ ਚੱਲਿਆ ਬਾਈ ਫਤਿਹ ਦੀਪ ਮੇਲਾ ਮੇਲਾ ਮੰਮੀ ਲੈ ਮੇਲਾ ਨਾਨੀ ਨੂੰ ਆਦੀ ਸ਼ਨੀਵਾਰ ਨੂੰ ਫਤਿਹ ਦੀਪ ਚੰਗਾ ਬਾਏ ਬਾਏ ਤੂੰ ਪੱਠਾ ਦੇ ਕੇ ਫਿਰਦਾ ਹਨਾ ਖੁਰਾਕ ਖੁਰੂਕ ਭਾਲਦਾ ਗਰਮੀ ਵਾਲੀ ਆ ਕੱਦ ਤਾਂ ਬਹੁਤ ਆ ਯਾਰ ਹੈ ਪਿਓਰ ਸੀਲ ਆ ਜਮਾ ਲੜਾਕਾ ਹੈਗਾ ਧੌਣ ਦੇਖ ਗਿੱਠ ਲੰਮੀ ਆ ਖੁਰਾਕ ਖੁਰੂਕ ਦਿੰਦੇ ਹਾਂ ਛੋਲੇ ਛਾਲੇ ਖਵਾਉਣੇ ਆ ਚੰਗੇ ਹਨਾ ਉਧਰ ਮੁੰਦਰੀ ਤੇ ਸੁੰਦਰੀ ਦੀ ਜੋੜੀ ਬਾਬੇ ਖੁੱਡੇ ਚ ਵਾੜਨ ਨੂੰ ਫਿਰਦੀਆਂ ਇਹਨੂੰ ਕਹਿੰਦੇ ਆ ਸ਼ੇਰੂ ਸ਼ੇਰੂ ਆ ਇਹਨਾਂ ਸ਼ੇਰੂ ਆ ਹਾਂ ਲੈ ਬਾਬੇ ਉੱਥੇ ਪਸ਼ੂ ਆਪਾਂ ਸਾਰੇ ਨਹਾ ਤੇ ਥੱਲੇ ਪਾਣੀ ਛੱਡਦਾ ਠੰਡੀਆਂ ਕਰਤੀਆਂ ਉੱਤੇ ਪੱਖਾ ਛੱਡਤਾ ਤੇ ਐਨ ਬੱਕਰੀਆਂ ਬੁੱਕਰੀਆਂ ਸਾਰੇ ਪਸ਼ੂ ਨੂੰ ਮਾਰਦੇ ਤੇ ਹੁਣ ਇੱਥੇ ਬਾਹਰ ਬੈਠੇ ਆ ਵੇਖੋ ਮੈਂ ਸਿਮੈਂਟ ਲਵਾ ਦਿੱਤੀ ਹਾਂਜੀ ਵਧੀਆ ਕੀਤਾ ਉਹ ਮੈਂ ਪੁਲੀ ਦੇ ਵੀ ਸਿਮੈਂਟ ਲਵਾਤਾ ਬੈਠਣ ਵਾਲੀ ਸੀ ਤੇ ਪਰ ਸਾਡਾ ਮੇਨ ਜਿਹੜਾ ਅੱਡਾ ਹੈਗਾ ਹਨਾ ਰਾਤ ਨੂੰ ਬੈਠਣ ਦਾ ਉਹ ਸਾਡਾ ਆਗਾ ਆ ਨਹੀਂ ਹੁੰਦਾ ਹੈਗਾ ਟ੍ਰੈਫਿਕ ਵਾਲਿਆਂ ਦੇ ਨਹੀਂ ਹੁੰਦੇ ਇਹ ਪੰਜੇ ਜੇ ਇਹ ਲਿਆ ਕੇ ਅਸੀਂ ਰੱਖਦੇ ਨੇ ਢੋ ਵਧੀਆ ਲੱਗ ਜਾਂਦੀ ਹੈ ਹਨਾ ਤੇ ਰਾਤ ਨੂੰ ਇੱਥੇ ਬੈਠੀ ਦਾ ਮਹਿਫਲ ਲਾਈ ਦਾ ਤੇ ਆਹ ਬਾਰ ਆਪਣਾ ਅੱਜ ਆਪਾਂ ਸੁੱਕਣੇ ਪਾਤਾ ਤੇ ਦੂਜਾ ਆਪਾਂ ਖੋਲਤਾ ਅੱਜ ਤੇ ਫਿਰ ਵੇਣੇ ਅੱਗੇ ਅੱਗੇ ਕਿਆ ਬਣਦਾ ਕਿਉਂ ਏ ਠੰਡ ਹਵਾ ਆਉਂਦੀ ਕਿ ਹਵਾ ਕਿੰਨੀ ਸੋਹਣੀ ਬਾਹਰ ਕਿੰਨੀ ਵਧੀਆ ਹਵਾ ਆਉਂਦੀ ਓਏ ਓਏ ਘਰੇ ਬਾਈ ਜਮਾ ਹੀ ਨਹੀਂ ਹਵਾ ਲੱਗਦੀ ਯਾਰ ਘਰੇ ਜਮਾ ਮੰਦੇ ਹਾਲ ਆ ਬਾਹਰ ਵੇਖੋ ਕਿੰਨੀ ਵਧੀਆ ਤੋ ਸਿੱਧੀ ਗਲੀ ਤੋਂ ਖੁੱਲਾ ਥਾਂ ਨਾ ਖੁੱਲੇ ਥਾਂ ਕਰਕੇ ਤੇ ਸਿੱਧੀ ਹਵਾ ਆਉਂਦੀ ਹੈ ਤੇ ਉਹ ਸੁਣਾ ਫਿਰ ਗਾਣਾ ਗੁਣਾ ਸੁਣਾ ਦੇ ਵੀ ਆਉਂਦਾ ਨਾ ਹੈ ਲਿਖਣ ਵਾਲਾ ਗਾਣੇ ਆਪਣੇ ਹੁਣ ਆਪਾਂ ਲਿਖਾਂ ਲਿਖੇਗਾ ਜੀ ਤੂੰ ਉਹਦੋਂ ਨੂੰ ਗਰਮੀ ਲੰਘ ਜਾਂਦੀ ਆਹੋ ਜੀ ਹਾਂ ਸੜਕ ਤਾਂ ਸਖਵੀਰ ਬਾਦਲ ਦੇ ਘਰ ਨੂੰ ਨਹੀਂ ਜਾਂਦੀ ਅੱਛਾ ਜਿਹੜੀ ਸਾਡੇ ਘਰ ਨੂੰ ਜਾਂਦੀ ਹੈ ਵੇਖ ਲਓ ਮਾਨ ਕੀ ਹੋਇਆ ਅੱਜ ਦੇਖੋ ਬਾਈ ਸਾਰ ਤੋਂ ਬਣਨ ਦਾ ਕੁੱਤਾ ਫਿਰਦਾ ਇਹਦੇ ਚੱਕ ਮੇਨ ਹੈ ਕੁੱਤਾ ਫਿਰਦਾ ਚੌ ਸੁਖਵੀਰ ਜਿਹੜੇ ਬਾਦਲ ਨੂੰ ਗਲੀ ਜਾਂਦੀ ਹੈ ਛੜਕ ਜਾਂਦੀ ਆ ਉਹ ਚ ਕੁੱਤੇ ਤਾਂ ਨਹੀਂ ਹੋਣੇ ਯਾਰ ਜਮਾਂ ਨਹੀਂ ਹੋਣੇ ਕਿ ਉਹਦਾ ਕੰਮ ਹੀ ਨਹੀਂ ਹੋਣਾ ਜਿਹੜਾ ਤੂੰ ਕਹੀ ਜਾਂਦਾ ਹੈ ਆ ਖੜ ਕੇ ਆ ਕੇ ਬਾਬੇ ਯੂਟਿਊਬ ਚੈਨਲ ਚ ਪਈ ਹੈ ਨਾ ਹੈ ਯੂਟਿਊਬ ਤੇ ਯੂਟਿਊਬ ਬਾਲੀ ਮਿਹਨਤੀ ਬੰਦੇ ਬਾਲੀ ਤਰ ਕੇ ਸਾਰੀ ਉਮਰ ਛੜਕ ਨੀਵੀਂ ਕਰਤੀ ਬੰਦਿਆਂ ਨੇ ਬਾਲੀ ਅੱਡਾ ਚ ਜਾਣ ਲੈਣੇ ਆ ਪੰਗੇ ਹਾਂ ਬਾਈ ਕੁੱਦ ਕੇ ਕੁੱਤੇ ਨੇ ਪੰਗੇ ਲੈ ਲੈ ਬਾਹਰਲੇ ਨਾਲ ਆ ਬੱਕਰਾ ਕੋਲ ਨਾਲੇ ਉਹ ਮਸਲਿਆ ਗੱਲਾਂ ਚੜਦੇ ਨਾਲ ਗਾ ਜਵਾਨ ਲੈ ਬਈ ਬੱਕਰੀਆਂ ਵੀ ਆ ਗਈਆਂ ਹੋ ਜਦ ਗਾ ਘਰ ਦਾ ਕਿਸੇ ਨੂੰ ਦਿਖਾਉਣੇ ਆ ਆਪਾਂ ਜ਼ੂਮ ਕਰਕੇ ਪਹੁੰਚ ਗਈਆਂ ਕਹਿੰਦੇ ਬਾਬਿਓ ਤੇ ਇਧਰਲੇ ਪਾਸੇ ਆਦਾ ਵਿਚਾਰਾ ਗਰਮੀ ਦਾ ਮਾਰਿਆ ਇਹ ਚੋਂ ਕਿਹੜਾ ਯਾਰ ਮਾਲ ਨਿਕਲਣਾ ਹੈ ਓਏ ਕਿਹੜਾ ਇਹਨੇ ਬੱਕਰਾ ਬਾਨਣਾ ਵਿਚਾਰੇ ਨੇ ਯਾਰ ਜਿਹੜੀ ਆ ਕੀ ਹੋ ਗਿਆ ਇਹਨੂੰ ਆ ਜਮੇ ਸੁੰਗੜ ਗਿਆ ਯਾਰ ਜਮੇ ਡਾਉਨ ਚੱਲ ਗਿਆ ਇਹ ਦੋ ਦਿਨ ਕੋ ਸ਼ੱਕਰ ਸ਼ੁਕਰ ਸਿੱਟੋ ਇਹਨੂੰ ਨਾਲੇ ਘਰੇ ਰੱਖੋ ਇਹ ਤਾਂ ਮਗਰ ਫਿਰਦਾ ਬੱਕਰੀਆਂ ਦੇ ਵਿਚਾਰਾ ਹੋਰ ਸ਼ੱਕਰ ਸ਼ੁਕਰ ਪਿਆ ਯਾਰ ਇਹਨੂੰ ਜਿਹੜੀ ਤੀਰ ਕਮਾ ਟਿਕ ਲਾ ਜਾਂਦਾ ਯਾਰ ਨਾ ਮੁੜੀਆਂ ਅੱਜ ਮਤ ਰਹਿੰਦਾ ਗਰਮੀ ਧੱਕਾ ਵੱਜਿਆ ਪਿਆ ਇਹਨੂੰ ਪੂਰਾ ਯਾਰ ਰੱਖੋ ਯਾਰ ਇਹਨੂੰ ਤੁਸੀਂ ਘਰੇ ਆਣਾ ਤੇ ਕਿਹੜੀ ਥੋੜਾ ਧੱਕਾ ਬਾਈ ਧੱਕਾ ਧੱਕਾ ਨਾ ਕਰ ਵੀਰੇ ਧੱਕਾ ਨਾ ਕਰ ਇਹਦੇ ਨਾਲ ਵੀ ਹੋਰ ਹੀ ਕੰਮ ਹੋ ਗਿਆ ਸੀਗਾ ਤੇ ਇਹਨਾਂ ਦਾ ਨਾ ਡੈਡੀ ਇਹਨਾਂ ਨੂੰ ਕਹਿ ਕੇ ਗਿਆ ਸੀਗਾ ਵੀ ਜਿਹੜਾ ਬਾਹਰ ਨਹੀਂ ਲਾਇਆ ਵੇ ਲੱਕੜ ਦਾ ਵੀ ਇਧਰਲੇ ਪਾਸੇ ਵੀ ਇਹਦੇ ਨਾਲ ਇੱਕ ਨਾ ਮੁੰਨੀ ਗੁੱਟ ਦਿਓ ਵੀ ਬਾਹਰ ਜਿਹੜਾ ਵੀ ਉਹ ਖੁੱਲੇ ਨਾ ਵੀ ਬੱਕਰੀਆਂ ਖੋਲਣ ਨਾ ਕਿਉਂਕਿ ਇਹਦੇ ਵਿੱਚ ਸਾਰੀਆਂ 'ਚ ਬੱਕਰੀਆਂ ਹੁੰਦੀਆਂ ਨਾ ਤੇ ਇਹਦੇ ਡੈਡੀ ਨੇ ਭਰਾਵਾ ਡਾਂਗ ਚਲਾ ਦਿੱਤੀ ਸਿੱਧੀ ਉਹ ਗੱਲ ਕਰ ਮੇਰਾ ਕੈਮਰਾ ਹੀ ਆਫ ਸੀਗਾ ਨਹੀਂ ਸਿੱਖਣ ਵਾਲਾ ਸੀ ਸੀ ਉਹ ਰੀਪਲੇ ਕਰ ਤੂੰ ਦੁਬਾਰਾ ਮੈਂ ਇਹਨਾਂ ਨੂੰ ਕਿਹਾ ਮੈਂ ਇਹਨਾਂ ਨੂੰ ਕਹੀ ਇਹਨਾਂ ਦੁਬਾਰਾ ਰੀਪਲੇ ਕਰਕੇ ਦਿਖਾ ਦਿਓ ਸਾਨੂੰ ਇਹ
कर लिया करो कुछ यार हम मैं थोड़े सामने कि कम नमेट के सारा दिन मैं बार लाई गया रात ने मैं सारे पशु पुशु नुमा के सारा कम नमेट के आया बई मैं ये करते डका है नहीं गए यार फिर गाला लेंदे यार डांग ही धरती सी सीधी छड़ती सी सोटी लो बाबे वो ते मारी इधरले पासे बनाई जाती है भटूरे इधरले पासे भटूरे नाल बाबे देखो इधर कावली छोले गर्मा गर्म भटूरे ठंड वाली आ तां कट लिया अज असि मीह पैन तो पहला कट ले गया मीह पै गया ना फिर कोई फायदा नहीं कटा है ना गर्मी च खाने मम्मी ले आई थाल तूल जाके की खीरा ना खीरा रहन दे खीरा खीरा रहन दे अंब की चटनी नाल अंब की चटनी ना बहुत स्वाद लगन गे लो बाबू ते हुण आपां लगे आ पूरे भटूरे खाण नाल भटूरे ते सब्जी अंब की चटनी ते नाल गंडी लो बाबू ते टाइम हो गया हुण 9 दा ते कुद्दू वर्गां दा फोन वी आई जांदा क्योंकि आपां बार दे विच उत्थे बैठे हुंदे सारे गल्लां मतां मार दिंदे आ ते हुणे हुणे मैं खा के हटिया भटूरे गर्मी ज्यादा आ करिया तां गलती आ चलो इन्नी गर्मी दे विच तली चीज़ नहीं खानी चाहीदी असीं ना क्योंकि सुबह दी प्लैनिंग करी जांदे सी अज भटूरे बनावांगे जे मीह आ गया तां मीह आया नहीं गा तो फिर मैं क्या शाम को मैं चल बना ही लेने यार तो क्योंकि ना कोई भी पत्तली चीज़ खड़ के जब पूरियां खड़ के जब भटूरे खड़ के पानी ना पियो बस एक घंटा फिर कोई चक्कर नहीं पाता हूँ मैं वे खा ले पानी नहीं मैं पीता है हूँ एक घंटे बाद पानी पीऊँगा एक घुट भी जो आप पानी तो पी लें ना तो फिर वो हो जाता है वह फिर जान निकलती है बाबू फिर तो ए लगता वा सवे सवे नेड़े ही आ तो चलो सही है तो अज का ब्लॉग अपने तक दसी वी लगे तो लाइक करो शेयर करो कमेंट करते अपने चैनल जरूर सबसक्राइब करो तो हम सूँ मिलेंगे नैक्सट ब्लॉग के ओके बाय।